مفتي؟ اتناريك اصلا واقعي مفتي لودي ਅੱਛਾ ਗੱਲ ਸੁਣੋ ਮੈਨੂੰ ਹੁਣ ਸਮਝ ਆਈ ਮੈਂ ਸਮਝਿਆ ਹੁਣ ਕਹਿੰਦਾ ਮੁਫਤੀ ਮੁਫਤੀ ਹੁੰਦਾ ਫਤਵਾ ਦੇਣ ਵਾਲਾ ਮੈਨੂੰ ਆਖਿਆ ਸੀ ਮੁਫਤੀ ਵੀ ਇਹਨੂੰ ਜਦੋਂ ਵੀ ਸਦੀਏ ਇਹਨੇ ਕਦੀ ਨੀ ਆਖਿਆ ਕੀ ਦਿਓਗੇ ਮੁਫਤੀ ਆ ਜਾਂਦਾ ਹਾਏ ਹਾਏ ਪਰਵਾਨੇ ਇਸ ਵਾਸਤੇ ਲੋਗੋ ਮੈਂ ਆਪਣੇ ਯਾਰ ਦੇ ਲਫ਼ਜ਼ਾਂ ਦਾ ਕਦਰ ਕਰਦਿਆਂ ਹੋਇਆਂ ਗੱਲ ਸੁਣਾਉਣਾ ਚਾਹੁੰਦਾ ਤੇ ਗੱਲ ਇੱਥੇ ਰੱਬ ਦੀ ਰਹਿਮਤ ਦੀ ਤੁਹਾਨੂੰ ਸੁਣਾਵਾਂ ਧਿਆਨ ਨਾਲ ਸੁਣਿਆ ਜੇ ਮੇਰੇ ਦੋਸਤੋ ਧਿਆਨ ਨਾਲ ਸੁਣਿਆ ਜੇ ਗੌਰ ਕਰਿਆ ਜ਼ਰਾ ਰਾਂ ਕੁਰਾਂ ਨਾ ਪਈਏ ਭਾਵੇਂ ਪਿੰਡਾ ਦੂਰ ਹੋਵੇ ਬੇਦੀਨ ਔਰਤ ਨਾਲ ਸ਼ਾਦੀ ਨਾ ਕਰੀਏ ਭਾਵੇਂ ਹੁਸਨ ਵਿੱਚ ਮਿਸਲੇ ਹੂਰ ਹੋਵੇ ਮਾਪਿਆਂ ਨੂੰ ਕਦੀ ਬੁਰਾ ਨਾ ਆਖੀਏ ਭਾਵੇਂ ਉਹਨਾਂ ਦਾ ਕਸੂਰ ਹੋਵੇ ਉਹਦੇ ਨਾਲ ਕਦੀ ਯਾਰੀ ਨਾ ਲਾਈਏ ਜਿਹਦੇ ਫਖਰ ਤਕੱਬਰ ਗਰੂਰ ਹੋਵੇ ਲਿਆਰਤ ਦਾ ਕਦੀ ਦਾਮਨ ਨਾ ਛੱਡੀਏ ਭਾਵੇਂ ਬੰਦਾ ਜਿੰਨਾ ਵੀ ਮਜਬੂਰ ਹੋਵੇ ਉਹ ਸਾਰੀ ਦੁਨੀਆ ਤੋਂ ਵੱਧ ਦੌਲਤ ਮੰਨਦੇ ਜਿਹਦੇ ਕੋਲ ਮੁਹੱਬਤ ਹਜ਼ੂਰ ਹੋਵੇ ਉਹ ਸਾਰੀ ਦੁਨੀਆ ਨਾਲੋਂ ਵੱਧ ਕੇ ਦੌਲਤ ਮੰਨਦੇ ਜਿਹਦੇ ਕੋਲ ਮੁਹੱਬਤ ਹਜ਼ੂਰ ਹੋਵੇ ਗੱਲ ਗਲਤ ਕਿਸੇ ਦੀ ਨਾ ਮੰਨੋ ਭਾਵੇਂ ਕਹਿਣ ਵਾਲਾ ਮਨਸੂਰ ਹੋਵੇ ਤੇ ਗੱਲ ਉਦੋਂ ਬਣਦੀ ਹੈ ਲਾਹੌਰੀ ਉਹ ਜਦੋਂ ਰਾਜ਼ੀ ਰੱਬ ਗਫੂਰ ਹੋਵੇ